ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਗੁਰਚਰਨਜੀਤ ਸਿੰਘ ਪਿੰਡ ਚੋਰ ਸਿੱਧਵਾਂ ਤੋਂ ਬੋਲ ਰਿਹਾ ਹਾਂ। ਇਹ ਜੋ ਹੁਣ ਵਿਧਾਨ ਸਭਾ ਚੋਣਾਂ ਚੱਲ ਰਹੀਆਂ ਹਨ, ਮੈਂ ਸਾਰੇ ਪੰਜਾਬ ਵਾਸੀਆਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਮੇਰੇ ਵੀਰੋ, ਇਹ ਜੋ 10 ਸਾਲ ਦੇ ਵਿੱਚ ਬਾਦਲ ਸਰਕਾਰ ਨੇ ਲੋਕਾਂ ਦੇ ਨਾਲ ਧੱਕਾ ਕੀਤਾ ਔਰ ਲੋਕਾਂ ਨੂੰ ਕੁੱਟਿਆ, ਸਾਨੂੰ ਰੋਲਿਆ, ਸਭ ਤੋਂ ਵੱਧ ਜੋ ਕਿਸਾਨਾਂ ਨੂੰ ਰੋਲਿਆ ਮੰਡੀਆਂ ਦੇ ਵਿੱਚ, 10 ਸਾਲ ਦੇ ਵਿੱਚ ਕਿਸਾਨਾਂ ਦੀ ਉਹ ਲੁੱਟਮਾਰ ਕੀਤੀ, 22 ਆਰਡਰ ਜੋ ਕਿਸਾਨਾਂ ਦੇ ਉੱਤੇ ਕੱਟ ਲਾਏ ਜਾਣ ਦੇ ਫਸਲ ਦੇ ਵਿੱਚ, ਇਹ ਕਿੱਥੋਂ ਦਾ ਇਨਸਾਫ ਆ। ਟੀ ਵੀ ਦੇ ਵਿੱਚ ਵੱਡੇ ਵੱਡੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਔਰ ਉਹਦਾ ਬੇਟਾ ਜਿਹੜਾ ਸੁਖਬੀਰ ਬਾਦਲ ਆ, ਨੰਗੀਆਂ ਕਮੀਜ਼ਾਂ ਪਾ ਕੇ ਬੋਲਦਾ ਕਿ ਅਸੀਂ ਪੰਜਾਬ ਦਾ ਵਿਕਾਸ ਕਰ ਰਹੇ ਹਾਂ। ਅੱਜ ਤੁਸੀਂ ਆ ਸਾਡੇ ਪਿੰਡ ਵਿੱਚ ਵੇਖ ਲਓ ਕਿਹੜਾ ਵਿਕਾਸ ਆ, ਕੋਈ ਨਾਲਾ ਨਹੀਂ ਬਣਿਆ, ਸਾਰੇ ਪਿੰਡ ਦੀਆਂ ਖਸਤਾ ਸੜਕਾਂ ਦੀ ਖਸਤਾ ਹਾਲਤ ਆ ਔਰ ਬੱਚਿਆਂ ਨੂੰ ਕੋਈ ਰੁਜ਼ਗਾਰ ਨਹੀਂ ਮਿਲ ਰਿਹਾ, ਜਿਹਦੇ ਕਰਕੇ ਬੱਚੇ ਨਜਾਇਜ਼ ਗਲਤ ਪਾਸੇ ਜਾ ਰਹੇ ਔਰ ਨਸ਼ਿਆਂ ਦੇ ਵਿੱਚ ਧੱਸੇ ਜਾ ਰਹੇ। ਔਰ ਨਸ਼ਾ ਵੀ ਇਹਨਾਂ ਦੇ ਜਿਹੜੇ ਮੰਤਰੀ ਆ ਮਜੀਠੀਆ ਵਰਗੇ ਅਤੇ ਇਲੰਗਾਹ ਵਰਗੇ ਨਸ਼ਾ ਵੰਡ ਰਹੇ ਨੇ, ਬੱਚਿਆਂ ਨੂੰ ਉਲਟ ਪਾਸੇ ਲਾ ਰਿਹਾ ਔਰ ਗੁੰਡਾਗਰਦੀ, ਡਕੈਤਰ, ਲੁੱਟਾਂ ਖੋਹਾਂ ਸਰੇਆਮ ਪੰਜਾਬ ਦੇ ਵਿੱਚ ਚੱਲ ਰਹੀਆਂ, ਜਿਹਦੇ ਉੱਤੇ ਕੋਈ ਕੰਟਰੋਲ ਨਹੀਂ, ਕੋਈ ਪਰਚਾ ਨਹੀਂ। ਔਰ ਜੋ ਨਜਾਇਜ਼ ਪਰਚੇ ਆ ਉਹ ਸਰਕਾਰ ਧੱਕੇ ਨਾਲ ਸਾਡੇ ਉੱਤੇ ਨਜਾਇਜ਼ ਪਰਚੇ ਕਰ ਰਹੀ ਆ, ਲੋਕਾਂ ਨੂੰ ਧੱਕੇ ਨਾਲ ਜੇਲ੍ਹਾਂ 'ਚ ਵਾੜ ਰਹੀ ਆ। ਮੇਨ ਵੇਖੋ ਚੀਜ਼, ਅਸੀਂ ਇੱਕ ਸਿੱਖ ਹੋਣ ਦੇ ਨਾਤੇ ਸਾਡੇ ਜਥੇਬੰਦੀਆਂ ਨੂੰ ਅੱਜ ਗੁਰੂ ਘਰਾਂ ਦੇ ਵਿੱਚ ਜਾਣ ਤੋਂ ਰੋਕਿਆ ਜਾ ਰਿਹਾ ਕਿ ਪੰਜਾ ਸਾਹਿਬ ਨਹੀਂ ਜਾਣਗੇ, ਉੱਥੇ ਨਹੀਂ ਜਾਣਗੇ, ਪਟਨਾ ਸਾਹਿਬ ਨਹੀਂ ਜਾਣਗੇ। ਜਥੇਬੰਦੀਆਂ ਨੂੰ ਧੱਕੇ ਨਾਲ ਜੇਲ੍ਹਾਂ ਦੇ ਵਿੱਚ ਇਹਨਾਂ ਨੇ ਬੰਦ ਕਰ ਦਿੱਤਾ ਇੱਕ ਬਾਦਲ ਸਰਕਾਰ ਦੇ। ਇਹ ਕਿੱਥੋਂ ਦਾ ਨਿਆਂ ਆ ਜਿਹੜਾ ਅੱਜ ਸਾਡੇ ਨਾਲ ਇਹ ਹੋ ਰਿਹਾ, ਸਿੱਖ ਕੌਮ ਦੇ ਨਾਲ ਧੱਕੇ ਨਾਲ ਸਾਡੇ ਜਿਹੜੇ ਗੁਰੂ ਘਰਾਂ ਦੇ ਇਹਨਾਂ ਨੇ ਕਬਜ਼ੇ ਨਜਾਇਜ਼ ਕੀਤੇ ਆ, ਗੁਰੂ ਦੀ ਗੋਲਕ ਦਾ ਪੈਸਾ ਖਾ ਰਹੀ ਹੈ ਬਾਦਲ ਸਰਕਾਰ। ਅੱਜ ਬਾਹਾਂ ਖੜੀਆਂ ਕਰਕੇ ਕਹਿ ਰਹੇ ਕਿ ਅਸੀਂ ਬੜਾ ਵਿਕਾਸ ਕਰ ਰਹੇ ਹਾਂ, ਇਹ ਕਿੱਥੋਂ ਵਿਕਾਸ ਕਰ ਰਹੇ ਨੇ। ਔਰ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਕਿ ਜੇ ਪੰਜਾਬ ਚੋਣਾਂ ਕੈਪਟਨ ਸਾਹਿਬ ਦੀ ਸਰਕਾਰ ਬਣਾਓ, ਜੋ ਇੱਕ ਇਮਾਨਦਾਰ ਫੌਜੀ ਅਫਸਰ ਆ ਔਰ ਹਰ ਇਹ ਪੰਜਾਬ ਦੀ ਬੜੇ ਧਿਆਨ ਦੇ ਨਾਲ ਸਾਰੀ ਪ੍ਰੋਬਲਮ ਸੁਣਦੇ ਨੇ। ਜੋ ਪਹਿਲਾਂ ਵੀ ਇਹਨਾਂ ਨੇ ਰਾਜ ਕੀਤਾ, ਕਦੀ ਕਿਸਾਨ ਨੂੰ 5 ਸਾਲ ਦੇ ਵਿੱਚ ਇਹਨਾਂ ਨੇ ਕੋਈ ਨੁਕਸਾਨ ਨਹੀਂ ਹੋਣ ਦਿੱਤਾ, 48 ਘੰਟੇ 'ਚ ਪੇਮੈਂਟ ਇਹਨਾਂ ਨੇ ਦਵਾਈ ਇੱਕ ਕੈਪਟਨ ਸਰਕਾਰ ਦੇ ਟਾਈਮ ਦੇ ਵਿੱਚ। ਔਰ ਹੁਣ ਵੀ ਉਹਨਾਂ ਨੂੰ ਮੌਕਾ ਦਿਓ, ਅਗਰ ਤੁਸੀਂ ਜੇ ਆਪਣੇ ਵੀਰਾਂ ਨੂੰ ਬਚਾਉਣਾ, ਬੱਚਿਆਂ ਨੂੰ ਬਚਾਉਣਾ, ਤਾਂ ਇੱਕ ਕੈਪਟਨ ਦਾ ਹੀ ਇਹ ਸੁਨਹਿਰੀ ਮੌਕਾ, ਸਾਨੂੰ ਅੱਜ ਕੈਪਟਨ ਸਰਕਾਰ ਨੂੰ ਵੋਟ ਪਾਓ ਔਰ ਆਪਣੇ ਪੰਜਾਬ ਨੂੰ ਬਚਾਓ।